It is time to speak to our guest this morning, who has made a documentary, which we are going to show very, very shortly on Sikh Channel. So first of all, can we see the promo to that documentary, please? ਜੀ ਇਹ ਸੀ ਜਿਹੜਾ ਤੁਹਾਨੂੰ ਦਿਖਾਇਆ ਡਾਕੂਮੈਂਟਰੀ ਦਾ ਇੱਕ ਪ੍ਰੋਮੋ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਚੈਨਲ 'ਤੇ ਇਹ ਡਾਕੂਮੈਂਟਰੀ ਦਿਖਾਈ ਜਾਣੀ ਹੈ ਬਹੁਤ ਮਿਹਨਤ ਦੇ ਨਾਲ ਜਿਹੜੀ ਹੈ ਪਰਮਜੋਤ ਕੌਰ ਪਰਮਜੋਤ ਕੌਰ ਜੀ ਵੈਲਕਮ ਪਰਮਜੋਤ ਨੇ ਬਣਾਈ ਹੈ ਜੀ ਪਰਮਜੋਤ ਕੌਰ ਅਸੀਂ ਪਰਮਜੋਤ ਕੌਰ ਮੇਰੇ ਤਾਂ ਪਰਮਜੋਤ ਚੜ ਗਿਆ ਹੁਣ ਮੂੰਹ ਤੇ ਮੈਂ ਬੇਟਾ ਹੀ ਕਹਿ ਦੇਣਾ ਸੀ ਹਾਂਜੀ ਪੁੱਤ ਇੱਦਾਂ ਆ ਕਿ ਅਸੀਂ ਨਾ ਤੁਹਾਡੀ ਜਿਹੜੀ ਮਾਈ ਜਰਨੀ ਜਿਹੜੀ ਡਾਕੂਮੈਂਟਰੀ ਹੈ ਉਹਦੇ ਬਾਰੇ ਗੱਲਬਾਤ ਕਰੀਏ ਲੇਕਿਨ ਉਸ ਤੋਂ ਪਹਿਲਾਂ ਅਸੀਂ ਤੁਹਾਡੇ ਬਾਰੇ ਥੋੜੀ ਗੱਲਬਾਤ ਕਰਨਾ ਚਾਹਾਂਗੇ ਤੁਹਾਡੀ ਬੈਕਗ੍ਰਾਉਂਡ ਤੁਹਾਡਾ ਜਨਮ ਕਿੱਥੇ ਹੋਇਆ ਤੁਹਾਡੀ ਸਟੱਡੀ ਕਿੱਥੇ Yes. Wow. And then my Kingston University ch padhdi ha, I'm in second year. Okay. Haanji. Fantastic. Yes. Te kinna chir main hoya itthe tanu UK? A saal ho gaya. Saal ko hai. Haanji. Theek hai, theek hai. Main ta khair itthon de bore na kitthe. Nahi. No, main India di ha. Oh, haanji. Born and bred in the motherland. Yes, absolutely. Fantastic. And now if we actually talk about your documentary that you've made, I mean, just by looking at the promo, yeah, it looks as though you were actually in search of a certain Gurdwara. And can you tell us what your documentary, what My Journey is about, without not giving too much away, because we want everybody yeah. to watch the documentary. Exactly. Guru Nanak Dev Ji went to the eastern part of India during yes. journey ki thi sigi. Te o mid-50s gaye si, 15s gaye si the. Jado the gaye, Jagannath Puri is a place, pilgrimage place for Hindus. Right. Mm. And a lot of temples there. There are many temples there. I will tell you that I have been in Dharamtala. I have been in Odisha. ਉੱਥੋਂ ਦੀ ਕੈਪੀਟਲ ਹੈ ਭੁਵਨੇਸ਼ਵਰ ਹੀ ਹੈ ਨਾ ਹਾਂਜੀ ਭੁਵਨੇਸ਼ਵਰ ਭੁਵਨੇਸ਼ਵਰ ਰੁਕੇ ਉੱਥੇ ਅਸੀਂ ਹੋਟਲ 'ਚ ਰੁਕੇ ਉਸ ਤੋਂ ਬਾਅਦ ਅਸੀਂ ਫਿਰ ਜਿਹੜਾ ਜਗਨਨਾਥਪੁਰੀ ਗਏ ਮੈਂ ਬਥੇਰਾ ਉੱਥੇ ਲੱਭਦਾ ਰਿਹਾ ਮੈਨੂੰ ਗੁਰਦੁਆਰਾ ਸਾਹਿਬ ਨਹੀਂ ਲੱਭਿਆ ਤੇ ਮੈਂ ਤੇ ਉੱਥੇ ਮੰਦਰ ਬਹੁਤ ਦੇਖੇ ਆ ਆਈ ਥੌਟ ਯੂ ਵਰ ਅ ਗ੍ਰੇਟ ਡਿਟੈਕਟਿਵ ਆਈ ਥੌਟ ਯੂ ਵੁੱਡ ਹੈਵ ਫਾਊਂਡ ਇਟ ਇਨ 10 ਸੈਕਿੰਡਸ ਕਾਫੀ ਪਹਿਲਾਂ ਦੀ ਗੱਲ ਹੈ ਬੇਬੀ ਉਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਉੱਥੇ ਬਣੀ ਨਹੀਂ ਸੀ ਨਹੀਂ ਉੱਥੇ ਜਿਹੜਾ ਗੁਰਦੁਆਰਾ ਬਿਲਕੁਲ ਗੁਰਦੁਆਰਾ ਬਹੁਤ ਪੁਰਾਣਾ ਵਾ ਬਟ ਬਿਕੋਜ਼ ਕਈ ਲੋਕਾਂ ਨੂੰ ਉਧਰਲੇ ਲੋਕਾਂ ਨੂੰ ਉਹਦਾ ਪਤਾ ਨਹੀਂ ਆ ਹਾਂਜੀ ਯੂ ਡੋਨਟ ਨੋ ਦਾ ਲੈਂਗੁਏਜ ਬਿਕੋਜ਼ ਇਟਸ ਓਰੀਅਨ ਲੈਂਗੁਏਜ ਐਂਡ ਓਰੀਅਨ ਲੈਂਗੁਏਜ ਬੰਗਾਲੀ ਨਾਲ ਕਾਫੀ ਮਿਲਦੀ ਜੁਲਦੀ ਆ ਹਾਂਜੀ ਤੁਸੀਂ ਲੋਕਾਂ ਨਾਲ ਗੱਲ ਕਰਨੀ ਪੈਂਦੀ ਆ ਗੁਰਦੁਆਰੇ ਦਾ ਨਾਮ ਨਾਨਕ ਮਾਠ ਕਿਹਾ ਜਾਂਦਾ ਹਾਂਜੀ ਤਾਂ ਤੁਸੀਂ ਫਿਰ ਉੱਥੇ ਜਾ ਕੇ ਲੋਕਾਂ ਨੂੰ ਪੁੱਛਦੇ ਆ ਮੈਂ ਕਾਫੀ ਆ ਹੈਡ ਵੇ ਆਊਟ ਦੇ ਮੈਂ ਬਹੁਤ ਉੱਥੇ ਜਾ ਕੇ ਲੱਭਿਆ ਆਈ ਆਸਕ ਪੀਪਲ ਅਰਾਊਂਡ ਦੇ ਨਾਨਕ ਮਾਠ ਕਹਿੰਦੇ ਗੁਰਦੁਆਰੇ ਨੂੰ ਉੱਥੇ ਫਿਰ ਉੱਥੇ ਜਾ ਕੇ ਲੱਭਿਆ ਪਰ ਜਦੋਂ ਮੈਂ ਹਾਲਾਤ ਵੇਖੇ ਉਹ ਚੀਜ਼ ਦੇ ਇਟ ਡਿਪਰੈਸਡ ਮੀ ਬਿਕੋਜ਼ ਉਹ ਗੁਰਦੁਆਰੇ ਦੀ ਸੇਵਾ ਸੰਭਾਲ ਗੁਰਦੁਆਰੇ ਸਾਹਿਬ ਦੀ ਸੇਵਾ ਸੰਭਾਲ ਬਿਲਕੁਲ ਵੀ ਹੈ ਨਹੀਂ ਰੀਲੀ ਨੋ ਨਾਟ ਰੀਲੀ ਇਟ ਇਜ਼ ਇਨ ਅ ਵੈਰੀ ਬੈਡ ਕੰਡੀਸ਼ਨ ਐਂਡ ਜੇ ਪ੍ਰਕਾਸ਼ ਹੋਇਆ ਤਾਂ ਹੋਇਆ ਹੋਇਆ ਰਹਿ ਜਾਂਦਾ ਕਿੰਨਾ ਟਾਈਮ ਪਹਿਲਾਂ ਦੀ ਗੱਲ ਕਰਦੇ ਤੁਸੀਂ ਕਦੋਂ ਇਹ ਫਾਈਂਡ ਆਊਟ ਕੀਤਾ ਸੀ ਸਾਰਾ ਉੱਥੇ ਐਕਚੁਅਲੀ ਮੇਰੇ ਫੈਮਿਲੀ ਬਹੁਤ ਸਿੱਖੀ ਚ ਹੈਗੇ ਆ ਮੇਰੇ ਮੰਮਾ ਦਾ ਵੀ ਹਮੇਸ਼ਾ ਕਿਹਾ ਹੋਇਆ ਵਾ ਤੇ ਜਦੋਂ ਉਹ ਉੱਥੇ ਗਏ ਸੀ ਲਾਸਟ ਹੈ ਸ਼ੀ ਕੇਮ ਐਂਡ ਸੈਡ ਮੀ ਅਬਾਊਟ ਇਟ 2010 ਹਾਂਜੀ ਤੇ ਮੈਂ ਸਿੱਖ ਚੈਨਲ ਨਾਲ ਇੰਟਰਨਸ਼ਿਪ ਕਰਦੀ ਸੀ ਇਟਸ ਅ ਵੈਰੀ ਬਿਗ ਸਪੋਰਟ ਫॉर ਮੀ ਆਈ ਥਿੰਕ ਸਿੱਖ ਚੈਨਲ ਤੇ ਜਦੋਂ ਮੈਂ ਇੰਡੀਆ ਕੀ ਹੌਲੀਡੇਸ ਵਾਸਤੇ ਗਈ ਮੇਰੇ ਮੰਮਾ ਕਹਿੰਦੇ ਕਿ ਬੇਟਾ ਤੁਸੀਂ ਇਦਾਂ ਕਰਕੇ ਹੈਗੀ ਆਈ ਥਿੰਕ ਵੀ ਸ਼ੁਡ ਬ੍ਰਿੰਗ ਅਪ
the issue. So it was your mom actually who was your inspiration? Yeah. Yes, fantastic. My mom's my inspiration and mamma kende vi aa cheez nu appa nu mure liyana chahiye, that's something we should come in front of people. Hanji. And I thought, why not? And because I think Sikh Channel is a very big support for all the Sikhs around in UK as well. Yeah. It was a very big platform for me to come down and put the show. ਮੇਰਾ ਸੇ ਬਹੁਤ ਜ਼ਰੂਰੀ ਚੀਜ਼ ਜੀ ਬਿਲਕੁਲ ਸਾਡੇ ਸਾਰਿਆਂ ਵਾਸਤੇ ਹੀ ਬਹੁਤ ਵਧੀਆ ਸਾਡੇ ਸਾਰੇ ਵਾਸਤੇ ਹੈ ਤਕਰੀਬਨ 4 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹਾਂਜੀ ਬੜੀ ਅਵੇਅਰਨੈਸ ਲੈ ਕੇ ਆਂਦੀ ਹੈ ਮੈਂ ਤਾਂ ਤੁਹਾਨੂੰ ਬੜੀ ਸ਼ਾਬਾਸ਼ ਦਊਂਗਾ ਸੱਚ ਮੈਂ ਤਾਂ ਨਾ ਉੱਥੇ ਗਿਆ ਮੈਂ ਬਹੁਤ ਘੁੰਮਿਆ ਉੱਥੇ ਮੈਂ ਤੇ ਬਸ ਜਾ ਕੇ ਗੱਲ ਕੀਤੀ ਉਹ ਉੱਥੇ ਪੰਡਤ ਜੀ ਬਹੁਤ ਹੁੰਦੇ ਆ ਬਹੁਤ ਬਹੁਤ ਉਹ ਸੱਚ ਸਟਿੱਕ ਫੜੀ ਹੁੰਦੀ ਹੈ ਮੈਨੂੰ ਕਹਿੰਦਾ ਪੈਸੇ ਕੱਟ ਛੇਤੀ ਨਿਕਾਲ ਪੈਸਾ ਪੈਸਾ ਮੈਂ ਕਹਾ ਯਾਰ ਕਰ ਦੇਣਾ ਠਹਿਰ ਜਾ ਮੈਂ ਤਾਂ ਫਟਾਫਟ ਪੈਸੇ ਕੱਢੇ ਮੈਂ 2000 ਮੇਰੇ ਲਾ ਦੀ ਬਹੁਤ ਜੀ ਉੱਥੇ ਪੁੱਛਿਆ ਅੰਕਲ ਜੀ ਦਿਸ ਗਰਲ ਹਸ ਡਨ ਸਮਥਿੰਗ ਦੈਟ ਯੂ ਕੁਡ ਨਾਟ ਡੂ ਮੈਂ ਕਹਿੰਦਾ ਯੂ نو ਦੇ ਹੈਵ ਥੀਸ ਲੌਂਗ ਸਟਿਕਸ ਉਹ ਉਹਨਾਂ ਦੇ ਡੰਡਾ ਜਾਂ ਫੜਿਆ ਹੁੰਦਾ ਤੇ ਉਹ ਤੁਹਾਡੇ ਸ਼ੋਲਡਰ ਤੇ ਮਾਰ ਕੇ ਆਸ਼ੀਰਵਾਦ ਮੰਗਦੇ ਆ ਵੀ ਅਸੀਂ ਤੈਨੂੰ ਆਸ਼ੀਰਵਾਦ ਦਿੱਤਾ ਵਾ ਹੈਪਨਡ ਵਿਦ ਮੀ ਐਸ ਵੈਲ ਬਾਹਰ ਲਾਈਕ ਸੋ ਦੇ ਜਸਟ ਲਿਟਰਲੀ ਦੇ ਜਸਟ ਕਮ ਅਪ ਟੂ ਯੂ ਵਿਦਆਊਟ ਸੇਇੰਗ ਐਨੀਥਿੰਗ ਐਂਡ ਆਸਕ ਫॉर ਮਨੀ ਯਾ ਦੈਟਸ ਹਾਊ ਇਟ ਹੈਪਨਸ ਤੁਰੇ ਜਾਣਾ ਪਿੱਛੇ ਮਾਰਨਾ ਠਾ ਦੇਣੀ ਉਹ ਮਰ ਕੇ ਬੰਦੇ ਵੇਖਣਾ ਮੇਰੇ ਕੋਲ ਜਾ ਉਹ ਕਹਿੰਦਾ ਪੈਸੇ ਕੱਢ ਪੈਸੇ ਮੈਂ ਹੈ ਕੀ ਗੱਲ ਕਹਿੰਦਾ ਆਸ਼ੀਰਵਾਦ ਦਾ ਤੇ ਤਾਂ ਤੇਰੇ ਕੋਈ ਆਸ਼ੀਰਵਾਦ ਦੀਆ ਪੈਸੇ ਨਿਕਾਲ ਪੈਸਾ ਉਹ ਮੈਂ ਕਿਹਾ ਕਿਤੇ ਹੋਰ ਨਾ ਠੋਕ ਦੇ ਬਸ ਛੇਤੀ ਵੜ ਤੂੰ ਤੇ ਬਹੁਤ ਸਾਰੇ ਪੰਡਿਤਸ ਨੇ ਦ ਮੇਨ ਥਿੰਗ ਜਿਹੜੀ ਉੱਥੇ ਹੈਗੀ ਆ ਕਿ ਇੱਥੇ 0% ਸਿੱਖ ਪੋਪੂਲੇਸ਼ਨ ਆ ਸਿੱਖ ਕੋਈ ਵੀ ਨਹੀਂ ਤੇ ਐਡਾ ਵੱਡਾ ਇਤਿਹਾਸ ਗੁਰੂ ਨਾਨਕ ਦੇਵ ਜੀ ਇੱਥੇ ਛੱਡ ਕੇ ਗਏ ਆਰਤੀ ਜਿਹੜੀ ਸੀ ਸਤਿਗੁਰੂ ਉੱਥੇ ਉਚਾਰੀ ਹੈ ਮੇਨ ਜਿਹੜਾ ਆਰਤੀ ਆਪਾਂ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਹੁੰਦਾ ਆਪਾਂ ਆਰਤੀ ਦਾ ਸ਼ਬਦ ਕੀਰਤਨ ਕਰਦੇ ਹਾਂ ਜੀ ਰਮਚੰਦਕ ਦੀਪਕ ਬਣੇ ਤੇ ਉਹ ਉਹਨਾਂ ਉਚਾਰਨ ਕੀਤਾ ਬਿਲਕੁਲ ਬਿਲਕੁਲ ਤੇ ਜਿਹੜੀ ਬੋਲੀ ਆ ਉਹਦਾ ਵੀ ਹਾਲਾਤ ਕਾਫੀ ਖਰਾਬ ਨੇ ਸੇਵਾ ਸੰਭਾਲ ਹੈ ਨਹੀਂ ਕੋਈ ਬਾਬਾ ਜੀ ਆ ਗ੍ਰੰਥੀ ਵੀ ਹੈ ਨਹੀਂ ਜਿਹੜੇ ਉੱਥੇ ਪਾਠ ਕਰਦੇ ਆ ਪੰਡਿਤ ਦੇ ਹੱਥ ਆ ਮੇਰੇ ਲਈ ਉਹ ਚੀਜ਼ ਨੂੰ ਜਾ ਕੇ ਫਿਲਮ ਕਰਨਾ ਵਾਸ ਵੈਰੀ ਵੈਰੀ ਫੋਰ ਮਾਈ ਪਾਰਟ ਮੈਨੂੰ ਵੀ ਡਰ ਸੀਗਾ ਇੱਕ ਚੀਜ਼ ਦਾ ਬਿਕੋਜ਼ ਮੈਂ ਨਾ ਇਕੱਲਾ ਆਈ ਸ਼ੁੱਡ ਗਿਵ ਅ ਰੀਲੀ ਬਿਗ ਥੈਂਕਸ ਟੂ ਓਮਕਾਰ ਸਿੰਘ ਜਿਹੜੇ ਮੇਰੇ ਨਾਲ ਕੈਮਰਾਮੈਨ ਸੀਗੇ ਹੀ ਵਾਸ ਅ ਵੈਰੀ ਬਰੇਵ ਮੈਨ ਉਹ ਮੇਰੇ ਨਾਲ ਆਏ ਉਹਨਾਂ ਨੇ ਕਿਹਾ ਵੀ ਚਲੋ ਆਪਾਂ ਜਾ ਕੇ ਕਰਦੇ ਹਾਂ ਅਸੀਂ ਸਿਰਫ 2 ਜਾਣੇ ਸੀਗੇ ਐਂਡ ਮੇਰੀ ਸ਼ਾਇਦ ਥੋੜ੍ਹੀ ਜਿਹੀ ਉੱਥੇ ਅਨਬਨ ਵੀ ਹੋ ਗਈ ਸੀ ਪੰਡਿਤ ਨਾਲ ਉਹ ਕਹਿੰਦੇ ਵੀ ਅਸੀਂ ਤੈਨੂੰ ਫਿਲਮ ਕਰ ਨਹੀਂ ਦੇਣਾ ਬਿਕਾਜ਼ ਇਫ ਯੂ ਐਂਡ ਇਲਾਕਾ ਸਾਰਾ ਏਰੀਆ ਉਹਨਾਂ ਦਾ ਵਾ ਸੋ ਆਈ ਵਾਸ ਲਾਈਕ ਮੈਂ ਕਰ ਚੁੱਕੀ ਆ ਹੁਣ ਜਿਹੜਾ ਮੈਂ ਕਰਨਾ ਸੀ ਐਂਡ ਯੂ ਕੈਨ ਸਟਾਪ ਮੀ ਔਨ ਦੈਟ ਬਟ ਹੀ ਗੋਜ਼ ਕਿ ਨਹੀਂ ਇਹ ਤੁਹਾਡਾ ਗੁਰਦੁਆਰਾ ਨਹੀਂ ਇਹ ਬੋਲੀ ਸਾਹਿਬ ਆ ਗੁਰੂ ਨਾਨਕ ਦੇਵ ਜੀ ਸਿਰਫ ਇੱਥੇ ਪਾਣੀ ਆ ਕੇ ਪੀ ਕੇ ਚਲੇ ਗਏ ਸੀ ਐਂਡ ਆਈ ਵਾਸ ਵੰਡਰਿੰਗ ਕਿ ਜੇ ਗੁਰੂ ਨਾਨਕ ਦੇਵ ਜੀ ਸਿਰਫ ਉੱਥੇ ਆ ਕੇ ਜਲ ਪਾਣੀ ਛੱਕ ਕੇ ਚਲੇ ਗਏ ਸੀ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਕੀ ਕਰਦੀ ਆ ਬੋਲੀ ਸਾਹਿਬ ਕੀ ਕਰਦਾ ਉੱਥੇ ਹਾਊ ਡਿਡ ਦੈਟ ਕਮ ਦੇਅਰ ਆਫ ਕੋਰਸ ਸੋ I have to ask though, I mean, how long did it take you to find the Gurdwara? It must have taken you a long time. It 2 days, to be really honest. It took then, 2 days. And how did you go about finding it? I had my parents with me, but because I was on the journey from Calcutta, because I'm in Calcutta, so I went on holidays there. So I took a by road journey to Puri, Orissa. Right. Yeah. And when I went there, I looked at the places around, I was like, people don't even know about Guru Nanak Dev ji there kafi lamba journey hai ye calcutta se the lekin mere waste kinni lambi ho gayi main punjab ton odisha main by car gaya si bilkul bahut vaddi journey bahut vaddi journey hai lot of states come area vi kuch edan da hi hai utthe jadon apan journey kar calcutta to jaane ha raste vich ilake vi kuch edan da hi hai what surprising cheez eh hai ki ajj apne kole sare sadhan hai ge apne kole gaddiyan flights ਟ੍ਰੇਨਸ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਉਹ ਤਾਂ ਤੁਰ ਕੇ ਗਏ ਸੀ ਉਹਨਾਂ ਨੇ ਪੂਰੀ ਪੈਦਲ ਹਾਂਜੀ ਚਾਰ ਉਦਾਸੀਆਂ ਕੀਤੀਆਂ ਮਸਟ ਟੇਕਨ ਅ ਵੈਰੀ ਲੰਗ ਟਾਈਮ ਐਂਡ ਮੈਂ ਹੈਰਾਨ ਸੀ ਇੱਥੇ ਜਾ ਕੇ ਕਿ ਉਹ ਇੱਥੇ ਆਏ ਉਹਨਾਂ ਨੇ ਆਰਤੀ ਵੇਖੀ ਹਾਂਜੀ ਉਹਨਾਂ ਨੇ ਆਈਡਲ ਵਰਸ਼ਿਪ ਹੀ ਵਾਸ ਅਗੇਂਸਟ ਆਈਡਲ ਵਰਸ਼ਿਪ ਦੈਟਸ ਰਾਈਟ ਸੋ ਮੈਨੂੰ ਆ ਚੀਜ਼ ਕਾਫੀ ਯੂ نو ਆਈ ਥਿੰਕ ਇਟਸ ਅਮੇਜ਼ਿੰਗ ਫॉर ਸਿਕਸ ਫॉर ਲਾਈਕ ਅਸ ਐਂਡ ਫॉर एवरीवन ਕਿ ਤੁਸੀਂ ਉੱਥੇ ਜਾ ਕੇ ਜਦੋਂ ਸਾਰਾ ਕੁਝ ਵੇਖਦੇ ਆ ਤੁਹਾਡਾ ਮਨ ਭਰ ਜਾਂਦਾ ਬਟ ਜਦੋਂ ਤੁਸੀਂ ਵੇਖਦੇ ਆ ਕਿ ਉਹ ਚੀਜ਼ ਦੀ ਸੇਵਾ ਸੰਭਾਲ ਹੈ ਨਹੀਂ ਇਟ ਜਸਟ ਸੈਡਨ ਯੂ ਆਰ ਲੋਟ ਤੇ ਫਿਰ ਸਤਿਗੁਰਾਂ ਦਾ ਜਿਹੜਾ ਪ੍ਰਕਾਸ਼ ਕੀਤਾ ਹੈ ਉਹਦੀ ਸੇਵਾ ਸੰਭਾਲ ਫਿਰ ਪੰਡਤ ਜੀ ਕਰਦੇ ਜਿਹੜੇ ਉੱਥੇ ਰੱਖੇ ਹੋਏ ਆ ਉਹਨਾਂ ਨੇ ਪੰਡਿਤ ਜੀ ਹੀ ਕਰਦੇ ਆ ਬਟ ਐਕਚੁਅਲੀ ਸੇਵਾ ਸੰਭਾਲ ਆਏ ਆ ਕਿ ਕਿਉਂਕਿ ਇੱਕ ਛੱਤ ਦੇ ਥੱਲੇ ਇੱਕ ਮੰਦਿਰ ਤੇ ਗੁਰਦੁਆਰਾ ਇਕੱਠਾ ਵਾ ਗੁਰਦੁਆਰਾ ਸਭ ਇਕੱਠੇ ਨੇ ਸੋ ਹੀ ਟੇਕਸ ਕੇਅਰ ਆਫ ਦ ਟੈਂਪਲ ਨਾ ਤਾਂ ਗੁਰਦੁਆਰਾ ਤਾਂ ਉਹ ਐਂਡ ਦ ਅਮੇਜ਼ਿੰਗ ਪਾਰਟ ਇਜ਼ ਕਿ ਜਦੋਂ ਮੈਂ ਉਹਨਾਂ ਨੂੰ ਜਾ ਕੇ ਪੁੱਛਦੀ ਹਾਂ ਕਿ ਕਿੰਨੇ ਸਾਲ ਪੁਰਾਣੇ ਹੀ ਗੋਜ਼ ਮੋਰ ਦੈਨ 500 ਈਅਰਸ
Really? I was like, okay, and I'm trying to speak, like, main chahni hai vi hor dassan mainu, but he was, I think he was a bit scared because main camera si ga utthe. I mean, so if he takes care of the actual, the mandir, yeah. Who takes care of the gurdwara then? Nobody? No. No one takes care. Jadon main utthe gayi si, there was like, jive assi jaane hai, tourist, utthe ek, ਬਾਬਾ ਜੀ ਗਏ ਸੀ ਜਿਹੜੇ ਪੰਜਾਬ ਤੋਂ ਸੀ ਉਹਨਾਂ ਨੇ ਉਹ ਦੋ ਚੀਜ਼ ਦਾ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਐਂਡ ਇੱਕ ਛੋਟੀ ਜੀ ਪੇਂਟਿੰਗ ਸੀ ਜਿਹੜੀ ਸਾਹਮਣੇ ਰੱਖੀ ਸੀ ਹਾਂਜੀ ਉੱਥੇ ਗੁਰੂ ਨਾਨਕ ਦੇਵ ਜੀ ਮਰਦਾਨੇ ਜੀ ਨਾਲ ਬੈਠੇ ਸੀਗੇ ਹਾਂਜੀ ਦੈਟਸ ਅ ਵੈਰੀ ਓਲਡ ਪੇਂਟਿੰਗ ਸੋ ਮੈਨੂੰ ਚੀਜ਼ ਕਾਫੀ ਖਰਾਬ ਲੱਗਦੀ ਆ ਕਿ ਇਟ ਡਿਡ ਰੀਲੀ ਸੈਡਨ ਮੀ ਦੈਟ ਵਾਸ ਅ ਮੇਨ ਪਾਰਟ ਆਫ ਕੋਰਸ ਇਟ ਹਰਟਸ ਐਂਡ ਬਿਕੋਜ਼ ਆਈ ਐਮ ਡੂਇੰਗ ਜਰਨਲਿਜ਼ਮ ਸਟੱਡੀਜ਼ ਇਨ ਕਿੰਗਸਟਨ ਮੈਨੂੰ ਆ ਚੀਜ਼ ਦਾ ਇੱਕ ਫਾਇਦਾ ਸੀ ਕਿ ਵਾਈ ਨਾਟ ਮੇਕ ਅ ਡਾਕੂਮੈਂਟਰੀ ਐਂਡ ਸਮਥਿੰਗ ਅਬਾਊਟ which is close to my heart te sikhi nal jorna te oh cheez nu mure karna I think that was the very first step and especially thanks to Gurdeep sir who made it really possible yes. because jadon main unna nu contact kita he was like yes come down you're very free to show the movie as well ji absolutely and yes. I mean what are the challenges did you face when making the documentary because it does sound like yeah. it was a very very hard thing to go there and do and film and of course they tried to stop you from filming I mean what yeah. else happened when I went there the first thing was the distance as well yes second was the language the language barriers ne third when you if you have a cameraman with you they get a bit nervous Of course, yeah. They get very nervous, obviously. Yeah. And although mainu thodi ji problem hoi si unna naal gal baat karan ch. Hanji. I almost gave up because mainu I see hon ni mainu labda. Hun mainu lab bhi nahi reha main ki karan. But fir baad ch like my mom is very supporting. Mom was like nahi tusi vekho labbo utthe hi hona chahida utthe hona chahida. Finally I met this auto wala who is the rickshaw man. Yes. And main unna nu jadon kya vi idda karke aya then he was like Are you talking about the Nanak Math? I said, yes, I was talking about that. Then he went and took me there. Ah, I see. It's always the Raksha Vale. They know it. They know. They are smart people. They know it. They do know. Bilkul, because they have more knowledge. They are tourists. They are going to take them every place. Yes, yes. Let's go, Satguru has kirpa kiti. Bilkul. 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 What kind of problems are there? Because it's a lot of problems. I don't know. I went and saw it. ਜੇ ਉੱਥੇ ਸਾਡੇ ਕੋਈ ਸਪੋਰਟ ਕਰਨਾ ਵੀ ਚਾਹੁੰਦਾ ਹੈ ਮੇਰੇ ਨਾਲ ਇੱਕ ਹੋਰ ਸੀ ਉਹ ਉੱਥੋਂ ਦੇ ਸੀ ਉੜੀਸਾ ਤੋਂ ਮੇਰੇ ਨਾਲ ਗਿਆ ਸੀ ਭਵਿਸ਼ਨਰ ਤੋਂ ਹਾਂਜੀ ਉਹ ਮੈਨੂੰ ਉਹਨੂੰ ਕੁਝ ਕਹਿਣ ਲੱਗਾ ਕਹਿੰਦਾ ਤੂੰ ਪਿੱਛੇ ਹਟ ਜਾ ਤੇਰਾ ਵਿੱਚ ਬੋਲਣ ਦਾ ਮਤਲਬ ਨਹੀਂ ਕਹਿੰਦਾ ਮੈਂ ਡਾਇਰੈਕਟ ਕਹਿੰਦਾ ਇਹਦੇ ਨਾਲ ਗੱਲ ਕਰਦਾ ਪਿਆ ਕਾਫੀ ਹੁਣ ਮੋਨੋਪਲੀ ਆ ਉਹਨਾਂ ਦੀ ਉੱਥੇ ਮੈਨੂੰ ਉੱਥੇ ਲੈ ਗਏ ਫਿਰ ਕਹਿੰਦੇ ਇੱਥੇ ਕਹਿੰਦੇ ਉਹ ਨਾ ਐਡੇ ਐਡੇ ਮੱਟ ਜੇ ਰੱਖੇ ਆ ਕਹਿੰਦਾ ਥੱਲੇ ਅਸੀਂ ਅੱਗ ਬਾਲਦੇ ਆ ਸੱਤਵੇਂ ਮੱਟ ਦੇ ਉੱਤੇ ਵੀ ਉਹ ਖਿਚੜੀ ਬਣ ਜਾਂਦੀ ਹੈ ਪਤਾ ਨਹੀਂ ਬਿਲਕੁਲ ਉਹ ਹਾਂਜੀ ਉਹ ਜਗਨਨਾਥ ਪੁਰੀ ਕਿਹਾ ਜਾਂਦਾ ਵਾ ਉਹ ਹਿੰਦੂਆਂ ਦਾ ਗੁਰਧਾਮ ਹੈ ਲਾਈਕ ਆਫਟਰ ਹਰਿਦੁਆਰ ਦੈਟਸ ਅ ਮੇਨ ਪਲੇਸ ਵੇਅਰ ਦੇ ਗੋ ਸੋ ਪਹਿਲੀ ਗੱਲ ਤਾਂ ਤੁਹਾਨੂੰ ਸਿੱਖ ਬੰਦਾ ਨਹੀਂ ਮਿਲਦਾ ਉੱਥੇ ਤੁਸੀਂ ਗੱਲ ਕਿਹਦੇ ਨਾਲ ਕਰੋਗੇ ਦੂਜੀ ਗੱਲ ਤੁਹਾਡੀ ਰਿਸਰਚ ਬਹੁਤ ਪੱਕੀ ਹੋਣੀ ਚਾਹੀਦੀ ਹੈ ਇਸ ਚੀਜ਼ ਤੇ ਜਦੋਂ ਤੁਸੀਂ ਇਦਾਂ ਦਾ ਕੋਈ ਡਾਕੂਮੈਂਟਰੀ ਬਣਾਉਣ ਚੱਲੇ ਆ ਸੋ ਹਾਊ ਮੱਚ ਰਿਸਰਚ ਡਿਡ ਯੂ ਐਕਚੁਅਲੀ ਪੁੱਟ ਇਨ ਦੈਨ ਇਟ ਟੁਕ ਮੀ ਅ ਮੰਥ ਮੈਂ ਵਨ ਇੱਕ ਮੰਥ ਪਹਿਲਾਂ ਉਹਦੀ ਸਾਰੀ ਪ੍ਰੈਕਟਿਸ ਕੀਤੀ ਲੱਭਿਆ ਫੈਕਟਸ ਆਈ ਚੈੱਕਡ ਆਊਟ ਦ ਫੈਕਟਸ ਐਂਡ ਮੈਂ ਕਾਫੀ ਜਾਣਿਆਂ ਨੂੰ ਕੰਸਲਟ ਕੀਤਾ ਕਿ ਇਦਾਂ ਕਰਕੇ ਸਾਰਿਆਂ ਨੇ ਸੁਣਿਆ ਹੋਇਆ ਸੀਗਾ ਮੇਰੀ ਮੰਮਾ ਜੀ ਗਏ ਹੋਏ ਸੀ ਸੋ ਵੀ ਵੈਂਟ ਦੇਅਰ ਦੈਨ ਸੀ ਮਮ ਹੈਸ ਬੀਨ ਬਿਫੋਰ ਸ਼ੀ ਹੈਸ ਬੀਨ ਬਿਫੋਰ ਬਟ ਸ਼ੀ ਕਡਨਟ ਫਾਈਂਡ ਇਟ ਓ ਸੋ ਸ਼ੀ ਨਿਊ ਇਟ ਐਗਜ਼ਿਸਟਡ ਐਂਡ ਸ਼ੀ ਨਿਊ ਇਟ ਵਾਸ ਦੇਅਰ ਇਤਿਹਾਸ ਦਾ ਤੇ ਸਾਰਿਆਂ ਨੂੰ ਪਤਾ ਹੈ ਕਿਉਂਕਿ ਇਤਿਹਾਸ ਵਿੱਚ ਜਿਹੜੀਆਂ ਸਾਖੀਆਂ ਹੈ ਉਹਦੇ ਵਿੱਚ ਇਹ ਸਾਖੀਆਂ ਚੰਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਆ ਜਗਨਨਾਥਪੁਰੀ ਗਏ ਜਦੋਂ ਉੱਥੇ ਪੰਡਿਤ ਜਿਹੜੇ ਸੀ ਬ੍ਰਾਹਮਣ ਉਹ ਆਰਤੀ ਉਤਾਰ ਰਹੇ ਸੀ ਤੇ ਮਹਾਰਾਜ ਨੂੰ ਕਹਿੰਦੇ ਤੁਸੀਂ ਵੀ ਆਰਤੀ ਉਤਾਰੋ ਕਹਿੰਦੇ ਮੈਂ ਤੇ ਅਕਾਲ ਪੁਰਖ ਦੀ ਆਰਤੀ ਕੀ ਉਤਾਰਨੀ ਉਹਦੇ ਤੇ ਸਾਰੇ ਇਹ ਜਿਹੜੇ ਆ ਜਿੰਨੀ ਵੀ ਇਹ ਸਾਰੀਆਂ ਚੀਜ਼ਾਂ ਉਹਦੀ ਆਰਤੀ ਉਤਾਰ ਤੇ ਉਹ ਸਾਖੀਆਂ ਅਸੀਂ ਪੜ੍ਹੀਆਂ ਸਾਰਿਆਂ ਨੇ ਪਰ ਉਹ ਜਿਵੇਂ ਗੱਲ ਹੈਗੀ ਕਿ ਫਾਈਂਡ ਆਊਟ ਨਹੀਂ ਸੀ ਵੀ ਇਹ ਗੁਰਦੁਆਰਾ ਹੈ ਕਿੱਥੇ ਕਿਉਂਕਿ ਮੈਂ ਵੀ ਉੱਥੇ ਕਾਫੀ ਦੇਖਿਆ ਮੈਨੂੰ ਕੋਈ ਸਿੱਖ ਲੱਭੇ ਨਹੀਂ ਇੱਕ ਵੀ ਸਿੱਖ ਨਹੀਂ ਮਿਲਿਆ ਨਾ ਵਨ ਹੀ ਡਿਡ ਨਾ ਦੇ ਮਸਟ ਹੈਵ ਬੀਨ ਵਨ ਹਾਂਜੀ ਇੱਕ ਵੀ ਮਸਟ ਹੈਵ ਬੀਨ ਵਨ ਨੋ ਨੋ ਵਨ ਨੋ ਸੀਰੀਅਸਲੀ ਯਾ ਨੋ ਐਨੀਵਨ ਵਾਓ ਨੋ ਬੰਦਾ ਫਿਰ ਪੁੱਛੇ ਕਿਨੂੰ ਉੱਥੇ ਜਿਹੜਾ ਦੂਜੇ ਜਿਹੜੇ ਸੀ ਉੱਥੇ ਸਾਰੇ ਸੀ ਉਹ ਬੜੀ ਪ੍ਰੋਬਲਮ ਸੀ ਜਿਹੜੇ ਪੁਰਾਣੇ ਵਸਦੇ ਆ ਉੱਥੇ ਕਹਿੰਦੇ ਜਦੋਂ ਮੈਂ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ 12 ਪਿੰਡ ਸੀ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਦਿੱਤੇ ਗਏ ਸੀ ਜਿਹੜੇ ਰਾਜਾ ਸੀ ਉੜੀਸਾ ਦੇ ਉਹਨਾਂ ਨੇ ਦਿੱਤੇ ਸੀਗੇ ਬਟ ਉਹਦੇ ਬਾਅਦ ਚ ਮੇਰੇ ਲਈ ਕਿਉਂਕਿ ਹੁਣ ਨਵੇਂ ਸ਼ਹਿਰ ਬਣ ਗਿਆ ਵਾ ਜੀ ਐਂਡ ਦੇਰ ਇਜ਼ ਅ ਬੀਚ ਦੇਰ ਸੋ ਇਟਸ ਅ ਟੂਰਿਸਟ ਪਲੇਸ ਯੈਸ ਟੂਰਿਸਟ ਪਲੇਸ ਬਣ ਗਿਆ ਤਾਂ ਉਦੋਂ ਥੋੜਾ ਜਾ ਕੇ ਮੈਨੂੰ ਕਾਫੀ ਔਖਾ ਲੱਗਿਆ ਸੀ ਗੱਲਬਾਤ ਕਰਨ ਚ ਐਂਡ
ਖਾਣ ਪੀਣ ਦਾ ਥੋੜਾ ਜਿਹਾ ਫਰਕ ਆ ਯੂ ਹੈਵ ਪ੍ਰੋਬਲਮ ਇਨ ਡਿਫਿਕਲਟੀਜ਼ ਖਾਣ ਦੀ ਜੇ ਕਾਫੀ ਉੱਥੇ ਪ੍ਰੋਬਲਮ ਬੰਗਾਲੀਆਂ ਯਾ ਮੱਛੀ ਚੌਲ ਜ਼ਿਆਦਾ ਚੱਲਦੇ ਆ ਕਲਕੱਤੇ ਵਿੱਚ ਤਾਂ ਉਹੀ ਚੱਲਦੇ ਆ ਹਾਂਜੀ ਕਲਕੱਤੇ ਚ ਮੈਂ ਜਦੋਂ ਕਲਕੱਤੇ ਗਿਆ ਮੈਂ ਉਹਦੇ ਬਿਮਾਰ ਹੋਇਆ ਜਦੋਂ ਉਹ ਰਸਤੇ 'ਚ ਤੁਰ ਕੇ ਜਾਣਾ ਜਿਵੇਂ ਆਪਣੇ ਇੱਥੇ ਸਬਜ਼ੀ ਮੰਡੀ ਨੇ ਆਮ ਹੁੰਦੀਆਂ ਜਿੱਥੇ ਹਾਂਜੀ ਬਿਲਕੁਲ ਵੈਜੀਟੇਬਲਸ ਪਈਆਂ ਹੁੰਦੀਆਂ ਉੱਥੇ ਵੈਜੀਟੇਬਲਸ ਘੱਟ ਤੇ ਮੱਛੀਆਂ ਜ਼ਿਆਦਾ ਪਈਆਂ ਹੁੰਦੀਆਂ ਉਹ ਸਮੈਲ ਚੜ ਕੇ ਨਾ ਤੇ ਮੈਂ ਕਲਕੱਤਾ 'ਚ ਵੀ ਬਹੁਤ ਹੈ ਇਹ ਤਾਂ ਬਟ ਉਹ ਹੁਣ ਤਾਂ ਕਾਫੀ ਡਿਵੈਲਪ ਹੋ ਗਿਆ ਵਾ ਜੇ ਤੁਸੀਂ ਉਹ ਏਰੀਆ 'ਚ ਜਾਣੇ ਆ ਤਾਂ ਤਲਾ ਭਵਾਨੀ ਪਰ ਉਹ ਏਰੀਆ ਸਿੱਧਾ ਦੇ ਨੇ ਇੱਕ ਹੋਰ ਮੈਂ ਗੱਲ ਦੱਸਾਂ ਤਾਂ ਕਲਕੱਤਾ ਦੀ ਕਲਕੱਤਾ ਮੈਂ ਕਿਹਾ ਰਕਸ਼ਾ ਚਾਹੀਦਾ ਆ ਕਹਿੰਦਾ ਠੀਕ ਹੈ ਜੀ ਰਕਸ਼ਾ ਉਹ ਕਹਿੰਦੇ ਰਕਸ਼ਾ ਬੁਲਾ ਦਿਓ ਰਕਸ਼ੇ ਵਾਲਾ ਬੁਲਾ ਲਿਆ ਅਸੀਂ ਰਕਸ਼ੇ 'ਚ ਬੈਠੇ ਰਕਸ਼ਾ ਜਿਹੜਾ ਨਾ ਉਹ ਪੈਡਲ ਨਹੀਂ ਸੀ ਨਾ ਉਹਦੇ 'ਚ ਇੰਜਨ ਸੀ ਰਕਸ਼ੇ ਨੂੰ ਪਤਾ ਕੌਣ ਚਲਾਉਂਦਾ ਸੀ ਇੱਕ ਬੰਦਾ ਜਿਹੜਾ ਸੀ ਉਹਨੇ ਪੈਰ 'ਚ ਸ਼ੂ ਵੀ ਨਹੀਂ ਪਾਏ ਤੇ ਉਹ ਰਕਸ਼ੇ ਨੂੰ ਖਿੱਚਦਾ ਸੀ ਦ ਪੁਲਿੰਗ ਰਿਕਸ਼ਾਸ ਪੁਲਿੰਗ ਰਿਕਸ਼ਾ ਜਿਹੜਾ ਨਾ ਬੰਦਾ ਰਿਕਸ਼ਾ ਖਿੱਚ ਰਿਹਾ ਸੀਗਾ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਮੈਂ ਤਾਂ ਨਹੀਂ ਬਹਿਣਾ ਇੱਥੇ ਰੋਟੀ ਸਾਰਾ ਕੁਝ ਕਰਾਉਂਦੀ ਆ ਸੋ ਆਈ ਗੈਸ ਯੂ ਨੋ ਹਜੇ ਵੀ ਹੈਗੇ ਕਿ ਨਹੀਂ ਹਜੇ ਵੀ ਹੈਗੇ ਆ ਹਜੇ ਵੀ ਹੈਗੇ ਆ ਬਿਕੋਜ਼ ਇੰਡੀਆ ਚ ਕੱਲੀ ਜਗ੍ਹਾ ਹੈ ਜੀ ਜਿੱਥੇ ਪੁਲਿੰਗ ਰਿਕਸ਼ਾਸ ਬੰਦੇ ਆਪ ਖਿੱਚਦੇ ਆ ਰਿਕਸ਼ਾਸ ਸੋ ਤਾਂ ਹੀ ਕਰਕੇ ਇੱਥੇ ਹੈਗੇ ਆ ਤੇ ਹੋਰ ਤੁਸੀਂ ਜਿਹੜੇ ਡਾਕੂਮੈਂਟਰੀ ਜਿਹੜੀ ਹੈ ਉਹਦੇ ਵਿੱਚ ਜਿਵੇਂ ਤੁਸੀਂ ਸਾਰਾ ਕੁਝ ਫਾਈਂਡ ਆਊਟ ਕੀਤਾ ਤੇ ਉਹਦੇ ਤੁਹਾਨੂੰ ਜਿਹੜੇ ਪੰਡਤ ਜੀ ਹੈ ਉੱਥੇ ਉਹਨਾਂ ਨਾਲ ਕੋਈ ਗੱਲਬਾਤ ਵੀ ਕੀਤੀ ਉਹਨਾਂ ਦਾ ਕੋਈ ਇੰਟਰਵਿਊ ਵੀ ਹੈ ਉਹਦੇ ਵਿੱਚ ਹਾਂਜੀ ਬਿਲਕੁਲ ਮੇਰੀ ਜੇ ਤੁਸੀਂ ਡਾਕੂਮੈਂਟਰੀ ਦੇਖਦੇ ਆ ਉਹ 'ਚ ਮੈਂ ਜਿਹੜੇ ਮੇਨ ਪੰਡਿਤ ਜੀ ਨੇ ਜਿਹੜੇ ਸੰਭਾਲ ਕਰਦੇ ਸੀ ਮੈਂ ਉਹਦੀ ਇੰਟਰਵਿਊ ਲਿੱਤੀ ਫਿਰ ਇੱਕ ਹੋਰ ਸੀਨੀਅਰ ਪੰਡਿਤ ਸੀ ਉਹਨਾਂ ਦੇ ਜਿਹੜੇ ਬਾਅਦ 'ਚ ਆਏ ਬਿਕੋਜ਼ ਹੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੱਡੇ ਪੰਡਿਤ ਜੀ ਨੂੰ ਕਿ ਮੈਂ ਆਈ ਹਾਂ ਉਹ ਆ ਕੇ ਮੈਨੂੰ ਕਹਿੰਦੇ ਤੁਸੀਂ ਇੱਥੋਂ ਜਾਓ ਹਾਂਜੀ ਸੋ ਬਟ ਥੈਂਕਫੁਲੀ ਬਾਬਾ ਜੀ ਦੀ ਕਿਰਪਾ ਕਿ ਉਦੋਂ ਨੂੰ ਅਸੀਂ ਮੂਵੀ ਸਾਰੀ ਬਣਾ ਲਈ ਸੀਗੀ ਇਟ ਵਾਸ ਜਸਟ ਅ ਬਿਟਸ ਲੈਫਟ ਜਸਟ ਅ ਕਪਲ ਆਫ ਬਿਟਸ ਯੈਸ ਸੋ ਆਈ ਵਾਸ ਲਾਈਕ ਚਲੋ ਕੋਈ ਨਾ ਰੱਬ ਦੀ ਮਿਹਰ ਨਾਲ ਮੈਂ ਜਿੰਨਾ ਕੁ ਦਿਖਾਉਣਾ ਸੀ ਸੰਗਤ ਨੂੰ ਮੈਂ ਉਨਾ ਕੁ ਲੈ ਚੁੱਕੀ ਹਾਂ ਤੇ ਉਹ ਪਹਿਲਾਂ ਤਾਂ ਕਾਫੀ ਨਰਵਸ ਸੀਗਾ ਉਹਨੂੰ ਆਈ ਸੀ ਵੀ ਮੈਂ ਪਤਾ ਨਹੀਂ ਕੀ ਕਹੂੰਗਾ ਤੇ ਇਹ ਕਿੱਥੇ ਜਾ ਕੇ ਦਿਖਾਉਣਗੇ ਇਸ ਚੀਜ਼ ਨੂੰ ਤੇ ਜਿਹੜੀ ਮੇਨ ਜਗਨਨਾਥਪੁਰੀ ਆ ਉਹਦਾ ਕੇਸ ਲੜੀ ਜਾਂਦੇ ਆ ਉਹ ਜੀ ਦੈਟਸ ਅ ਕੇਸ ਜਿਹੜੇ ਛੋਟਾ ਟੈਂਪਲ ਆ ਤੇ ਵੱਡਾ ਟੈਂਪਲ ਆ ਉਹਦੇ ਅੰਦਰ ਕੇਸ ਲੜੀ ਜਾਂਦੇ ਪ੍ਰੋਪਰਟੀ ਕੇਸ ਪ੍ਰੋਬਲਮਸ ਉਹਦੇ ਕਰਕੇ ਉਹ ਕਹਿੰਦੇ ਅਸੀਂ ਸੰਗਤ ਨੂੰ ਦੇਣਾ ਨਹੀਂ ਚਾਹੁੰਦੇ ਹਜੇ ਜੇ ਕੇਸ ਅਸੀਂ ਜਿੱਤ ਜਾਂਦੇ ਆ ਫਿਰ ਅਸੀਂ ਸੋਚਾਂਗੇ ਕਿ ਅਸੀਂ ਸਿੱਖ ਸੰਗਤ ਨੂੰ ਆਹ ਵੇਚਣਾ ਚਾਹਾਂਗੇ ਜਾਂ ਪ੍ਰੋਪਰਟੀ ਸੈਲ ਕਰਨਾ ਚਾਹਾਂਗੇ ਜਾਂ ਉਹ ਦੇਣਾ ਚਾਹੁੰਦੇ ਹਾਂ ਹਾਂਜੀ ਸੋ ਵਾਟ ਐਲਸ ਕੈਨ ਬੀ ਡਨ ਆਈ ਮੀਨ ਇਟਸ ਸਮਥਿੰਗ ਦੈਟ ਇਜ਼ ਰੀਲੀ ਹਾਰਟ ਬ੍ਰੇਕਿੰਗ ਟੂ ਸੀ ਆਈ ਮੀਨ ਆਈਵ ਸੀਨ ਦ ਡਾਕੂਮੈਂਟਰੀ ਮਾਈਸੈਲਫ ਐਂਡ ਇਟਸ ਹਾਰਟ ਬ੍ਰੇਕਿੰਗ ਟੂ ਸੀ ਆਈ ਮੀਨ ਵਾਟ ਡੂ ਯੂ ਥਿੰਕ ਕੈਨ ਬੀ ਡਨ ਆਈ ਮੀਨ ਇਜ਼ ਦੈਟ ਦੀ ਓਨਲੀ ਵੇ ਇਫ ਵੀ ਕੈਨ ਗੈਟ ਦ ਪ੍ਰੋਪਰਟੀ ਬੈਕ ਇਨ ਟੂ ਸੀ ਕੈਂਸ ਆਈ ਥਿੰਕ ਜੋ ਮੈਨੂੰ ਇਸ ਚੀਜ਼ ਦਾ ਲੱਗਦਾ ਜਿਹੜਾ ਹੱਲ ਹੋਣਾ ਚਾਹੀਦਾ ਵਾ ਉਹ ਇਹ ਆ ਕਿ ਦੇ ਸ਼ੁੱਡ ਮੇਕ ਅ ਜੁਆਇੰਟ ਕਮੇਟੀ ਫੋਰ ਬੋਲੀ ਸਾਹਿਬ ਜੀ ਬੋਲੀ ਸਾਹਿਬ ਗੁਰਦੁਆਰੇ ਵਾਸਤੇ ਜੁਆਇੰਟ ਕਮੇਟੀ ਬਣਾਉਣੀ ਚਾਹੀਦੀ ਆ ਤੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਇੱਥੇ ਮੇਨ ਇਤਿਹਾਸ ਆ ਉੜੀਸਾ ਦੀ ਗਵਰਨਮੈਂਟ ਨਾਲ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਆ ਐਂਡ ਇਟ ਸ਼ੁਡ ਟੇਕ ਅ ਵੈਰੀ ਸਟਰੋਂਗ ਐਕਸ਼ਨ ਅਗੇਂਸਟ ਇਟ ਯਾ ਐਸਜੀਪੀਸੀ ਜਿਹੜੇ ਉਹਨਾਂ ਵਿੱਚ ਇਨਵੋਲਵ ਹੋਣਾ ਚਾਹੀਦਾ ਸੀ ਰਿਕਾਲ ਤੱਕ ਸੋ ਐਸਜੀਪੀਸੀ ਨੂੰ ਹੋਣਾ ਚਾਹੀਦਾ ਹੈਰਾਨੀ ਦੀ ਗੱਲ ਇਹ ਆ ਵੀ ਉੱਥੇ ਸਾਰੇ ਜਾ ਚੁੱਕੇ ਆ ਹਾਂਜੀ ਜਦੋਂ ਮੈਂ ਉੱਥੇ ਸ਼ਮਸ਼ੇਰ ਸਿੰਘ ਜੀ ਦਿੱਲੀ ਵਾਲੇ ਜਿਨ੍ਹਾਂ ਨੇ ਹੁਣ ਆਰਤੀ ਸਾਹਿਬ ਗੁਰਦੁਆਰਾ ਉੜੀਸਾ 'ਚ ਬਣਾਇਆ ਵਾ ਜੀ ਜਦੋਂ ਮੈਂ ਉਹਨਾਂ ਨਾਲ ਇਸ ਚੀਜ਼ ਦੀ ਗੱਲਬਾਤ ਕੀਤੀ ਉਹ ਮੈਨੂੰ ਕਹਿੰਦੇ ਕਿ ਗੁਰਬਚਨ ਸਿੰਘ ਜੀ ਵੀ ਆ ਚੁੱਕੇ ਨੇ ਉੱਥੇ ਸਾਰੇ ਇਕਬਾਲ ਸਿੰਘ ਜਿਹੜੇ ਨੇ ਉਹ ਵੀ ਆ ਚੁੱਕੇ ਨੇ ਉਹ ਸਾਰੇ ਆ ਚੁੱਕੇ ਨੇ ਉੱਥੇ ਬਹਿਰਾਨੀ ਦੀ ਗੱਲ ਆ ਨੋਬਡੀ ਟੁੱਕ ਅ ਸਟੈਪ ਅਗੇਂਸਟ ਇਟ No one took a step against it. No Everyone's... one put their foot down and said, right, let's make a stand. Yes, because they are so busy doing that, I don't know. I mean, ki gal si gi, sare aa chuke ne. Je mere argi ek normal sadharan banda utthe janda va. And I can take a strong action against it. Yes. They should do something about it as well. Of course, bilkul ji. Koi vi jehda issue hunda hai, jinna chir na ajj de time de vich gal kariye te media di badi zarurat hundi hai. Jinni awareness ਅੱਜ ਤੁਸੀਂ ਇਹ ਡਾਕੂਮੈਂਟਰੀ ਬਣਾਈ ਹੈ ਤੇ ਇਹਦੇ ਨਾਲ ਇੱਕ ਅਵੇਅਰਨੈਸ ਬਹੁਤ ਜ਼ਿਆਦਾ ਆਈ ਹੈ ਆਏਗੀ ਹਜੇ ਕਿਉਂਕਿ ਜਿਹੜੇ ਦੇਖਣਗੇ ਜਿੱਦਾਂ ਸੰਗਤਾਂ ਤੇ ਜੋ ਸਾਰੀਆਂ ਸੰਗਤਾਂ ਨੇ ਇਸ ਡਾਕੂਮੈਂਟਰੀ ਨੂੰ ਦੇਖਣਾ ਹੈ ਜੋ ਸਾਰੀਆਂ ਸੰਗਤਾਂ ਜਿਹੜੀਆਂ ਜੋ ਐਸਜੀਪੀਸੀ ਨੂੰ ਵੀ ਲੈਟਰ ਲਿਖੇ ਜਾਣਗੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੇ ਜਾਣਗੇ ਤੇ ਜਦੋਂ ਇੱਕ ਸਾਰੀ ਇੱਕ ਮੂਵਮੈਂਟ ਚੱਲ ਪੈਂਦੀ ਹੈ ਇੱਕ ਵੇਵ ਬਣ ਜਾਂਦੀ ਹੈ ਤਾਂ ਬਿਲਕੁਲ ਹੱਲ ਹੋਊਗਾ ਮੈਸੇਜ ਕੀ ਦੇਣਾ ਚਾਹੋਗੇ ਮੈਨੂੰ ਮੈਂ ਆਹੀ ਮੈਸੇਜ ਦੇਣਾ ਚਾਹੂੰਗੀ ਆਪਦੇ ਵੱਲੋਂ ਕਿ ਜਿਹੜੀਆਂ ਸੰਗਤਾਂ ਮੇਰੀਆਂ ਡਾਕੂਮੈਂਟਰੀਜ਼ ਦੇਖਣਗੀਆਂ ਪੁੱਟ ਫੋਰਵਰਡ
something that stand for a point, you know. Main chahuni vi sare is cheez de against John. They take a strong action against it. Haanji. Shamsher Singh ji, Delhi wale jinna da main naam mention karna chahuni, jehde Odisha ch baithe ne, unna nu 4 saal ho gaye utthe baithyan nu, oh vich kuch kar nahi pa rahe is cheez bare. So main chahungi ki the more people see it, the more we try and get appa nu chheti chheti gurudwara apne sangat kole mile. Haanji. That is the main thing. Yes. Bilkul ji. Yeah. ਠੀਕ ਹੈ ਜੀ, ਬਹੁਤ ਵਧੀਆ, ਬੜੀ ਮਿਹਨਤ ਕੀਤੀ ਹੈ ਬੇਟੀ ਨੇ। ਜਦੋਂ ਡਾਕੂਮੈਂਟਰੀ ਅਸੀਂ ਰਿਲੀਜ਼ ਕਰਨੀ ਹੈ ਉਸ ਤੋਂ ਬਾਅਦ ਫਿਰ ਬੁਲਾਵਾਂਗੇ, ਕਿਉਂਕਿ ਡਾਕੂਮੈਂਟਰੀ ਮੈਨੂੰ ਵੀ ਪੂਰੀ ਦੇਖਣ ਦਾ ਮੌਕਾ ਨਹੀਂ ਮਿਲਿਆ, ਮੈਨੂੰ ਦੇਖਣ ਹੀ ਨਹੀਂ ਦਿੱਤੀ, ਕਹਿੰਦੇ ਸਾਰਿਆਂ ਦੇ ਨਾਲ ਹੀ ਦੇਖਣੀ ਹੈ, ਮੈਂ ਥੋੜ੍ਹੀ ਥੋੜ੍ਹੀ ਦੇਖੀ ਸੀ ਅਤੇ ਪ੍ਰੋਮੋ ਇੱਕ ਵਾਰੀ ਅਸੀਂ ਫਿਰ ਸੰਗਤਾਂ ਨੂੰ ਦਿਖਾਵਾਂਗੇ, ਕਿਉਂਕਿ ਜਿਨ੍ਹਾਂ ਨੂੰ ਇਹ ਕਈ ਵਾਰੀ ਬਾਅਦ 'ਚ ਟੀਵੀ ਔਨ ਕਰਦੇ ਆ ਅਤੇ ਇਹ ਪ੍ਰੋਮੋ ਦੇਖਣਾ, ਅਤੇ ਬਹੁਤ ਜਲਦੀ ਇਹ ਡਾਕੂਮੈਂਟਰੀ ਦਿਖਾਈ ਜਾਣੀ ਹੈ ਅਤੇ ਬਹੁਤ ਵਧੀਆ ਬੇਟੀ ਨੇ ਇਹ ਕਾਰਜ ਕੀਤਾ ਆ ਅਤੇ ਸਤਿਗੁਰੂ ਜੀ ਕਿਰਪਾ ਕਰਨਾ, ਜੇ ਹੋਰ ਕਾਰਜ ਕਰਨ ਦੀ ਲੋੜ ਆ, ਕੋਈ ਜਿੰਨਾ ਚਿਰ ਆਪਾਂ ਨੂੰ ਸਥਾਨ ਮਿਲ ਨਹੀਂ ਜਾਂਦਾ ਉੱਥੇ ਸਾਰਾ ਕੁਛ, ਉਹਦੇ ਵਾਸਤੇ ਜਿਵੇਂ ਤੁਸੀਂ ਉਪਰਾਲਾ ਕੀਤਾ, ਡਾਕੂਮੈਂਟਰੀ ਬਣਾਈ ਹੈ ਅਤੇ ਅਸੀਂ ਗੁਰਦੀਪ ਸਿੰਘ ਹੋਰਾਂ ਨਾਲ ਮੀਟਿੰਗ ਕਰਕੇ ਆਪਾਂ ਅਤੇ ਕੋਈ ਨਾ ਕੋਈ ਸਾਂਝੀ ਕੋਈ ਪਟੀਸ਼ਨ ਜਾਂ ਕੋਈ ਇੱਦਾਂ ਚੀਜ਼ ਵੀ ਤਿਆਰ ਕਰਾਂਗੇ ਜਿਹਦੇ ਨਾਲ ਆਪਾਂ ਉੱਥੋਂ ਦੀ ਉੜੀਸਾ ਗੌਰਮੈਂਟ ਨੂੰ ਪ੍ਰੈਸ਼ਰਾਈਜ਼ ਕਰ ਸਕੀਏ, ਆਪਣੇ ਸ੍ਰੀ ਅਕਾਲ ਤਖ਼ਤ ਨੂੰ ਰਿਕੁਐਸਟ ਕਰ ਸਕੀਏ SGPC ਨੂੰ ਕਿ ਸਾਰੇ ਇਕੱਠੇ ਹੋਣ। Absolutely. And I think the main thing is that you've actually brought this to the attention of people. Yeah. And when people watch this documentary, it's going to bring that awareness to their eyes. That's, so that it's is hugely well important. Done to you. Thank well you done. So much. Thank you so much. Meri yahi binti hai that whoever sees my documentary, I'll make sure that they come and contact us. Because jehdi sangat da ਰੋਲ ਹੁੰਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ, ਆਪਾਂ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਵੈਨ ਐਵਰੀਬਡੀ ਗੈਟਸ ਟੁਗੇਦਰ ਦੈਨ ਓਨਲੀ ਵੀ ਕੈਨ ਟੇਕ ਦੈਟਸ ਰਾਈਟ ਯਾ ਪਰਫੈਕਟ ਫੋਰਵਰਡ ਟੁਵਰਡਸ ਇਟ। ਐਬਸੋਲੂਟਲੀ, ਬਹੁਤ ਵਧੀਆ, ਦੋਨੋਂ ਪਾਸੇ ਮੇਰੀਆਂ ਬੇਟੀਆਂ ਬੈਠੀਆਂ, ਦੋਨੋਂ ਦੋਨੋਂ ਮੀਡੀਆ ਨਾਲ ਰਿਲੇਟਡ ਆ, ਦੋਨੋਂ ਉਹਨਾਂ ਨੇ ਜਰਨਲਿਜ਼ਮ ਕੀਤੀ ਹੋਈ ਹੈ, ਦੋਨੋਂ ਬਹੁਤ ਵਧੀਆ ਆ। ਔਰ ਯਾ ਐਕਚੁਅਲੀ ਥੈਂਕ ਯੂ, ਕਿਉਂਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਹਾਂਜੀ, ਇਸ ਲਾਈਨ ਦੇ ਵਿੱਚ ਆਪਣੇ ਬਹੁਤ ਘੱਟ ਬੱਚੇ ਆ। ਬਿਲਕੁਲ, ਜੇ ਮੈਂ ਕਦੇ ਕਿਸੇ ਨੂੰ ਟੈਕਨੀਕਲੀ ਲੋੜ ਪਏ, ਸਾਨੂੰ ਆਪਣੇ ਬੱਚੇ ਨਹੀਂ ਮਿਲਦੇ, ਅਗਰ ਐਕਟਿੰਗ ਪਾਰਟ ਕੋਈ ਕਰਨਾ ਉਹਦੇ ਵਿੱਚ ਨਹੀਂ ਮਿਲਦੇ ਆ, ਤੇ ਬੜੀ ਮੁਸ਼ਕਿਲ ਆ। ਮੈਨੂੰ ਪਤਾ ਨਾ ਕਿੰਨੀ ਮੁਸ਼ਕਿਲ ਆਉਂਦੀ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਬੱਚੇ ਇਸ ਲਾਈਨ ਦੇ ਵਿੱਚ ਆਉਂਦੇ ਆ। ਇਸ ਚੀਜ਼ ਦੀ ਲੋੜ ਬੜੀ ਹੈ, IT ਦਾ ਯੁੱਗ ਆ, ਅਸੀਂ ਜਿੰਨੀ ਜ਼ਿਆਦਾ ਅਵੇਅਰਨੈਸ ਲਿਆ ਸਕਦੇ ਹਾਂ ਅਸੀਂ IT ਦੇ ਜ਼ਰੀਏ ਲਿਆ ਸਕਦੇ ਹਾਂ। ਤੇ ਇਸ ਸੰਡੇ ਨੂੰ ਅਸੀਂ ਇੱਕ ਜਿਹੜੀ ਹੈ ਫਿਲਮ, ਫੇਥ ਫਿਲਮ ਜਿਹੜੀ ਹੈ ਬਣਾਈ ਹੋਈ ਹੈ, ਉਹਦੀ ਸ਼ੂਟਿੰਗ ਹੈ, ਉਹਦੀ ਗ੍ਰੇਵਯਾਰਡ ਵਿੱਚ ਸ਼ੂਟਿੰਗ ਹੈ, ਤੇ ਮੈਂ ਤੁਹਾਨੂੰ ਇਨਵਾਈਟ ਕਰਦਾ ਵਾਂ, ਤੁਹਾਨੂੰ ਉੱਥੇ ਕੋਈ ਨਾ ਕੋਈ ਵਿੱਚ ਅਸੀਂ ਜ਼ਰੂਰ ਪਾਰਟ ਦੇਵਾਂਗੇ, ਐਜ ਐਕਟਿੰਗ ਪਾਰਟ ਦੇਵਾਂਗੇ। ਹਾਂਜੀ, ਥੈਂਕ ਯੂ, ਤੇ ਬਹੁਤ ਧੰਨਵਾਦ ਤੁਹਾਡਾ ਜੀ, ਫਿਰ ਆਪਾਂ ਦੁਬਾਰਾ ਤੁਹਾਨੂੰ ਸ਼ੋਅ ਤੇ ਲੈ ਕੇ ਆਵਾਂਗੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡੇ ਪੇਰੈਂਟਸ, ਜਿਹੜਾ ਉਹਨਾਂ ਨੂੰ ਵੀ ਸਾਡੇ ਵੱਲੋਂ ਵਧਾਈਆਂ ਦੇਣੀਆਂ। ਠੀਕ ਹੈ ਜੀ, ਜ਼ਰੂਰ ਜ਼ਰੂਰ, ਤੇ ਇੱਕ ਵਾਰੀ ਅਸੀਂ ਹੁਣ ਪ੍ਰੋਮੋ ਦੇਖਦੇ ਹਾਂ ਜੀ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। So that was the documentary that you have just watched, the promo for the documentary, The Journey, which Paramjot has made. So a huge big thank you to her for coming on to The Breakfast Show this morning and giving us that jankari about the Gurdwara. It's been absolutely amazing to speak to her. And so a huge big thank you. We were very, very honored to have her in the studio indeed.